ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖੀ ਦੀ ਪਰੰਪਰਾ ਤੋਰੀ, ਜੇ ਸਿੱਖੀ ਵਿੱਚ ਸ਼ਾਮਿਲ ਹੋ ਕੇ ਕਰੋੜਾਂ ਲੋਕਾਂ ਦਾ ਭਲਾ ਹੋਇਆ ਅਤੇ ਹੁੰਦਾ ਰਹੇਗਾ। ਉਹ ਸਿੱਖੀ ਦੀ ਬਾਬਤ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਪੰਜ ਪ੍ਰਕਾਰ ਦੀ ਸਿੱਖੀ ਹੈ। ਇੱਕ ਉਹ ਲੋਕ ਹਨ ਜੋ ਕੇਵਲ ਇਸ ਕਰਕੇ ਸਿੱਖੀ ਨੂੰ ਧਾਰਨ ਕਰਦੇ ਹਨ ਤਾਂ ਕਿ ਧੰਦਾ ਚੱਲ ਸਕੇ। ਵੇਖਿਆ ਵੀ ਕਾਫ਼ੀ ਲੋਕ ਹਨ ਜਿਨ੍ਹਾਂ ਗੁਰੂ ਬਣਾਇਆ, ਆਪਾਂ ਵੀ ਬਣਾ ਲਈਏ ਤਾਂ ਕਿ ਮੇਰਾ ਧੰਦਾ ਚੱਲਦਾ ਰਹੇ, ਕਿਧਰੇ ਮੈਨੂੰ ਵੱਖਰਾ ਜਾਣ ਕੇ ਮੇਰੇ ਧੰਦੇ ਕਾਰੋਬਾਰ 'ਚ ਨਾ ਫਰਕ ਪਵੇ। ਇਸ ਨਾਲ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਅੰਦਰ ਪਿਆਰ ਨਹੀਂ ਹੈ। ਇਸ ਨੂੰ ਕਵੀ ਸੰਤੋਖ ਸਿੰਘ ਹੁਰਾਂ ਦੇ ਸ਼ਬਦਾਂ ਵਿੱਚ ਧੰਦੇ ਦੀ ਸਿੱਖੀ ਕਿਹਾ ਹੈ। ਦੂਸਰੀ ਸਿੱਖੀ ਦਾ ਨਾਮ ਰੱਖਿਆ ਗਿਆ ਦੇਖਾ ਦੇਖੀ। ਜਿਵੇਂ ਕਿਸੇ ਨੇ ਵੇਖਿਆ ਵੀ ਦੂਸਰਾ ਸਿੱਖ ਸੱਜਿਆ, ਉਹਦੇ ਘਰ ਪੁੱਤਰ ਪੈਸਾ ਦੁੱਧ ਸਤਿਕਾਰ ਸਾਰਾ ਕੁਝ ਹੈ, ਖੁਸ਼ੀਆਂ ਨੇ ਉਹਦੇ ਘਰ, ਚਲੋ ਆਪਾਂ ਵੀ ਸਿੱਖ ਬਣ ਜਾਈਏ, ਸਾਡੇ ਘਰ ਵੀ ਧੀ ਪੁੱਤਰ ਦੁੱਧ ਪੁੱਤ ਆਦਰ ਸਤਿਕਾਰ ਆ ਜਾਏਗਾ। ਪਰ ਉਹਨਾਂ ਦੇ ਆਪਣੇ ਅੰਦਰ ਕੋਈ ਸਤਿਗੁਰੂ ਕੇ ਸ਼ਬਦ ਨਾਲ ਪਿਆਰ ਨਹੀਂ ਪਾਇਆ, ਨਾ ਉਹ ਆਪਣੇ ਸਤਿਗੁਰੂ ਦੇ ਸਰੂਪ ਨੂੰ ਫਿਰਦੇ 'ਚ ਰੱਖ ਕੇ ਧਿਆਨ ਧਰ ਕੇ ਸਿਮਰਨ ਕਰਦੇ ਹਨ। ਕੇਵਲ ਪਦਾਰਥਾਂ ਦੇ ਲਾਲਚ ਨੂੰ ਸਿੱਖੀ ਬਾਣਾ ਪਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ, ਇਹਨੂੰ ਦੇਖਾ ਦੇਖੀ ਦੀ ਸਿੱਖੀ ਕਿਹਾ ਜਾਂਦਾ ਹੈ। ਇਹਦੇ ਨਾਲ ਕੋਈ ਆਤਮਿਕ ਲਾਭ ਨਹੀਂ ਪਹੁੰਚਿਆ ਕਰਦਾ। ਹਾਂ, ਜੇ ਕਿਧਰੇ ਆਤਮਾ ਜਾਗ ਪਵੇ ਅਤੇ ਅੱਗੇ ਤੁਰ ਪਵੇ ਤਾਂ ਭਲਾ। ਤੀਸਰੀ ਪ੍ਰਕਾਰ ਦੀ ਸਿੱਖੀ ਦਾ ਨਾਮ ਰੱਖਿਆ ਗਿਆ ਹਿਰਸੀ ਸਿੱਖੀ। ਉਹ ਹੁੰਦਾ ਜੋ ਕੁਛ ਬਹੁਤੇ ਲੋਕ ਕਰਨ ਉਸ ਦੇ ਤਰ੍ਹਾਂ ਆਪ ਕਰਨ ਲੱਗ ਪੈਣਾ, ਪਰ ਆਪਣੇ ਅੰਦਰ ਨਾ ਤਾਂ ਸਤਿਗੁਰੂ ਦੀ ਸਿੱਖਿਆ ਨੂੰ ਲਿਆ, ਨਾ ਉਹਨਾਂ ਨੇ ਸਤਿਗੁਰੂ ਕੇ ਸ਼ਬਦ ਦੀ ਕੋਈ ਸੋਝੀ ਖੋਣੀ, ਨਾ ਕਦੇ ਸੰਗਤ ਵਿੱਚ ਬੈਠਣਾ ਅਤੇ ਨਾ ਅੰਮ੍ਰਿਤ ਦੀ ਦਾਤ ਲੈਣੀ, ਕੇਵਲ ਕੇਸ ਰੱਖ ਲੈਣੇ ਅਤੇ ਬਾਹਰੋਂ ਸਿੱਖੀ ਦੇ ਕਰਮ ਜਿਹੜੇ ਦੁਨੀਆਂ ਦੇ ਸਾਹਮਣੇ ਦਿਖਾਏ ਜਾ ਸਕਣ, ਉਸੇ ਤਰ੍ਹਾਂ ਦਾ ਲਿਬਾਸ ਪਾ ਕੇ ਰੱਖਣਾ, ਇਹਦਾ ਵੀ ਕੋਈ ਲਾਭ ਨਹੀਂ ਹੋਇਆ ਕਰਦਾ। ਚੌਥੀ ਸਿੱਖੀ ਦਾ ਨਾਮ ਰੱਖਿਆ ਸਿਦਕੀ ਸਿੱਖੀ। ਸਿਦਕੀ ਸਿੱਖੀ ਦਾ ਮਤਲਬ ਹੁੰਦਾ ਜਿਨ੍ਹਾਂ ਦਾ ਸਤਿਗੁਰੂ ਜੀ 'ਤੇ ਪੂਰਨ ਭਰੋਸਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਅੰਦਰ ਜਿਹੜੇ ਸਭ ਕੁਛ ਆਪਣੇ ਸਤਿਗੁਰੂ ਜੀ ਨੂੰ ਸਮਝਦੇ ਹਨ, ਉਹਨਾਂ ਦੇ ਪ੍ਰਾਣ ਚਲੇ ਜਾਣ ਪਰ ਉਹਨਾਂ ਦੇ ਅੰਦਰੋਂ ਸਤਿਗੁਰੂ ਲਈ ਸਿਦਕ ਨਹੀਂ ਜਾਂਦਾ। ਕਿੰਨੇ ਮਰਜ਼ੀ ਦੁੱਖ ਆਉਣ ਜ਼ਿੰਦਗੀ 'ਚ, ਸਿਦਕ ਤੋਂ ਕਦੇ ਡੋਲਦੇ ਨਹੀਂ, ਆਪਣਾ ਸਿਰ ਦੇ ਦੇਣਗੇ ਪਰ ਸਿਦਕ ਨਹੀਂ ਗਵਾਉਂਦੇ। ਇਹੋ ਜਿਹੇ ਸਿੱਖ ਜਿਹੜੇ ਸਿਦਕੀ ਸਿੱਖ ਹਨ, ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਭਲਾ ਕਰਦੇ ਹਨ। ਮਹਾਰਾਜ ਜੀ ਦੀਆਂ ਬੇਅੰਤ ਖੁਸ਼ੀਆਂ ਲੈ ਕੇ ਇਸ ਜੀਵਨ ਨੂੰ ਸਫਲ ਬਣਾਉਂਦੇ ਨੇ। ਇੱਕ ਸਿਦਕੀ ਸਿੱਖੀ ਨਾਲੋਂ ਵੀ ਇੱਕ ਹੋਰ ਵੱਡੀ ਸਿੱਖੀ ਦਾ ਨਾਮ ਰੱਖਿਆ ਭਾਵ ਦੀ। ਉਹ ਹੈ ਹਿਰਦੇ ਅੰਦਰ ਸਤਿਗੁਰੂ ਲਈ ਪਿਆਰ ਰੱਖਣਾ ਅਤੇ ਪ੍ਰੇਮ ਵਿੱਚ ਭਿੱਜ ਕੇ ਬੰਦਗੀ ਕਰਨੀ, ਅਤੇ ਉਸ ਪ੍ਰੇਮ ਨਾਲ ਇਹੋ ਜਿਹਾ ਅੰਦਰ ਪ੍ਰੇਮ ਬਣਾਉਣਾ ਕਿ ਦਿਨ ਰਾਤ ਸਤਿਗੁਰੂ ਕੇ ਸ਼ਬਦ ਨੂੰ ਅੰਦਰ ਵਸਾ ਕੇ ਰੱਖਣਾ, ਕਦੇ ਵੀ ਉਸ ਤੋਂ ਪਰੇ ਨਾ ਹੋਣਾ। ਉਹਨਾਂ ਦੇ ਅੰਦਰ ਗੁਰੂ ਕੀ ਮਹਿਮਾ ਪ੍ਰਗਟ ਹੁੰਦੀ, ਜਿਉਂ ਜੋ ਹੋਰ ਪ੍ਰੇਮ ਵੱਧਦਾ ਹੈ ਅਤੇ ਉਹ ਪ੍ਰੇਮ ਕੇਵਲ ਫਿਰ ਸਤਿਗੁਰੂ ਜੀ ਨੂੰ ਨਹੀਂ ਕਰਦੇ, ਉਹ ਸਾਰੀ ਸ੍ਰਿਸ਼ਟੀ ਨੂੰ ਉਹਨਾਂ ਦੇ ਅੰਦਰ ਪਿਆਰ ਹੁੰਦਾ।
ਜਿਵੇਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਕੋਏ, ਜੋ ਰੱਤੇ ਸ਼ਹਿ ਆਪਣੇ ਤਿੰਨ ਪਾਵੈ ਸਭ ਕੋਏ। ਅਮਲੀ ਕੇਵਲ ਅਮਲ ਨੂੰ ਪਿਆਰ ਕਰਦਾ, ਉਹਦੇ ਲਈ ਹੋਰ ਕਿਸੇ ਚੀਜ਼ ਦੀ ਕੀਮਤ ਨਹੀਂ। ਇਸੇ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ, ਜੇ ਪਾਣੀ ਨਹੀਂ ਤਾਂ ਹੋਰ ਕਿਸੇ ਚੀਜ਼ ਨੂੰ ਦੇ ਬਰਾਬਰ ਨਹੀਂ ਜਾਣਦੀ। ਪਰ ਜਿਹੜੇ ਪਰਮਾਤਮਾ ਨੂੰ, ਸਤਿਗੁਰੂ ਨੂੰ ਪਿਆਰ ਕਰਦੇ ਹਨ, ਉਹਨਾਂ ਦੀ ਨਿਸ਼ਾਨੀ ਉਹ ਸਾਰੀ ਸ੍ਰਿਸ਼ਟੀ ਨੂੰ ਪਿਆਰ ਕਰਦੇ ਹਨ। ਤੋ ਕਲਗੀਧਰ ਪਿਤਾ ਜੀ ਨੇ ਬਚਨ ਕੀਤਾ, ਭਾਈ ਸਿਦਕੀ ਸਿੱਖ ਬਣੀਏ ਜਾਂ ਪਿਆਰ ਅੰਦਰ ਰੱਖ ਕੇ ਸਿੱਖ ਬਣਾਂਗੇ ਤਾਂ ਕਿ ਇਹਦੇ ਨਾਲ ਭਲਾ ਕਹਿ, ਨਾ ਕਿ ਕੇਵਲ ਧੰਦੇ ਦੀ ਸਿੱਖੀ ਅਪਣਾ ਲੈਣੀ, ਦੇਖਾ ਦੇਖੀ ਅਪਣਾ ਲੈਣੀ, ਹਿਰਸੀ ਅਪਣਾ ਲੈਣੀ, ਇਹਦੇ ਨਾਲ ਲਾਭ ਕੋਈ ਨਹੀਂ, ਉਲਟਾ ਭੇਖ ਸਿੱਖੀ ਦਾ ਅਤੇ ਅੰਦਰ ਸ਼ੁਭ ਗੁਣ ਨਾ ਹੋਏ ਨੁਕਸਾਨ ਹੋਇਆ ਕਰਦਾ ਹੈ।